राजपुरा दी टेहा बस्ती चो जोर शोर नाल शुरू हुई इस सफाई मुहिम पीटीसी न्यूज दी ही खबर दा सर है। डॉक्टर ने भी पीटीसी न्यूज वालों वकाई खबर तो बाद ही इलाके विच कैंप लगाया है। यह असर दिवाली वाले दिन गंदा पानी पीण कारण पांच बच्चियां दी हुई मौत दी खबर वकाई जानदा है। इलाके विच नगर कौंसल वालों हुण तां स्पीकर ला के बुनियादी करवाई जा रही है कि जो पानी टैंकरां राही मुहैया करवाया जा रहा है उस नूं भी लोग उबाल के पीण। हुण तां इलाके च डेंगू दे प्रभाव नूं रोकण लई भी स्प्रे करवाई जा रही है। सेहत विभाग दी टीम मुताबक हुण स्थिति काबू हेठ है अते हुण किसे दे बीमार होण दा केस भी सामने नहीं आया, पर अजे भी गंदा पानी पीण कारण बीमार होए करीब 25 लोकां दा इलाज हस्पताल विच जारी है, जबकि नगर कौंसल वल्लों इलाके च पानी सप्लाई करन वाली पाइपलाइन दी मरम्मत भी शुरू कर दित्ती गई है। ਟੇਹਾ ਬਸਤੀ ਜਿਹੜਾ ਮਿਰਚ ਮੰਡੀ ਦਾ ਇਲਾਕਾ ਹੈ ਇੱਥੋਂ ਦੀ ਹੋਸਪਿਟਲ ਸਿਵਲ ਹੋਸਪਿਟਲ 'ਚ ਕੇਸ ਜਾਣ ਲੱਗ ਗਏ ਸੀਗੇ। ਸਾਡਾ ਇਮੀਡੀਏਟ ਰਿਐਕਸ਼ਨ ਉੱਥੋਂ SMO ਸਾਹਿਬ ਦੀ ਸਾਨੂੰ ਸੂਚਨਾ ਆ ਗਈ ਸੀਗੀ ਅਤੇ ਅਸੀਂ ਫਿਰ ਮੌਕੇ 'ਤੇ ਸ਼ਾਮ 4 ਵਜੇ ਟੀਮ ਭੇਜਦੀ ਸੀ ਇੱਥੇ। ਉਸ 'ਚ ਮੌਕੇ 'ਤੇ ਜਿਨ੍ਹਾਂ ਦੇ ਬੱਚਿਆਂ ਦੇ ਬਿਮਾਰ ਦਾ ਸੂਚਨਾ ਮਿਲ ਰਹੀ ਸੀ, ਤਕਰੀਬਨ ਉਸ ਦਿਨ 20 ਬੱਚਿਆਂ ਦੇ ਬਿਮਾਰ ਹੋਣ ਦੀ ਸੂਚਨਾ ਪ੍ਰਾਪਤ ਹੋਈ। ਅਨਾਊਂਸਮੈਂਟ ਹੋ ਰਹੀ ਹੈ, ਆਲਟਰਨੇਟਿਵ ਵਾਟਰ ਸਪਲਾਈ ਦੇ ਦਿੱਤੀ ਗਈ ਹੈ ਪਾਣੀ ਪੀਣ ਦਾ। ਜਿਹੜਾ ਸਪਲਾਈ ਲਾਈਨ ਦਾ ਪਾਣੀ ਹੈ ਉਹ ਬੰਦ ਕਰਵਾ ਦਿੱਤਾ ਗਿਆ ਅਤੇ ਪਬਲਿਕ ਨੂੰ ਇਹੀ ਦਿੱਤਾ ਦੱਸਿਆ ਜਾ ਰਿਹਾ ਕਿ ਦੂਸਰਾ ਟੈਂਕਰ ਰਾਹੀਂ ਪਾਣੀ ਆ ਰਿਹਾ ਉਸ ਨੂੰ ਇਸਤੇਮਾਲ ਕਰੋ ਅਤੇ ਬਾਕੀ ਜਿਹੜੇ ਪੇਸ਼ੈਂਟਸ ਮਿਲ ਰਹੇ ਆ ਉਹ ਮੈਨੇਜ ਹੋ ਰਹੇ ਆ ਸਾਰੇ। ਉਧਰ ਅਕਾਲੀ ਦਲ ਦੇ ਇਲਾਕੇ 'ਚ ਗੰਦਾ ਪਾਣੀ ਸਪਲਾਈ ਕਰਨ ਅਤੇ ਗੰਦਾ ਪਾਣੀ ਪੀਣ ਕਾਰਨ ਹੋਈਆਂ ਬੱਚਿਆਂ ਦੀ ਮੌਤਾਂ ਲਈ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਧਿਆਨ ਨਾ ਦੇਣਾ ਕਈ ਵੱਡੇ ਸਵਾਲ ਖੜਾ ਕਰਦਾ ਹੈ। ਉਹਨਾਂ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਫੌਰਨ ਇਸ ਇਲਾਕੇ ਵੱਲ ਧਿਆਨ ਦਿੱਤਾ ਜਾਵੇ ਅਤੇ ਲੋਕਾਂ ਦੀ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ, ਨਹੀਂ ਤਾਂ ਅਕਾਲੀ ਦਲ ਇਹਨਾਂ ਗਰੀਬ ਪਰਿਵਾਰਾਂ ਦੀ ਸਮੱਸਿਆਵਾਂ ਦੇ ਹੱਲ ਲਈ ਵੱਡਾ ਸੰਘਰਸ਼ ਕਰੇਗਾ। ਪ੍ਰਸ਼ਾਸਨ ਨੂੰ ਤਾੜਨਾ ਕਰਦੇ ਆ, ਮੌਜੂਦਾ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਮਰੀਜ਼ਾਂ ਦੀ ਉਲਟਾ ਦਿਨੋ ਦਿਨ ਗਿਣਤੀ ਜਿਹੜੀ ਆ ਉਹ ਵੱਧ ਰਹੀ ਹੈ ਔਰ ਸਰਕਾਰ ਦੇ ਕੰਨ ਤੇ ਕੋਈ ਜੂ ਨਹੀਂ ਸਰਕ ਰਹੀਗੀ। ਅੱਜ 2.5 ਦਰਜਨ ਦੇ ਕਰੀਬ ਜਿਹੜੇ ਆ ਬੱਚੇ ਤੇ ਜਿਹੜੇ ਬੰਦੇ ਆ ਉਹ ਹਸਪਤਾਲਾਂ ਦੇ ਵਿੱਚ ਵੱਖ ਵੱਖ 'ਚ ਪਹੁੰਚ ਚੁੱਕੇ ਆ, 4 ਮੌਤਾਂ ਪਹਿਲਾਂ ਹੀ ਹੋ ਚੁੱਕੀਆਂ। ਇਸ ਕਰਕੇ ਸਰਕਾਰ ਤੋਂ ਦੁਬਾਰਾ ਮੰਗ ਕਰਦੇ ਆ ਕਿ ਤੁਰੰਤ ਜਾਂ ਤਾਂ ਵੱਡੀ ਪੱਧਰ ਤੇ ਇਹਦਾ ਕੋਈ ਸੁਧਾਰ ਕੀਤਾ ਜਾਵੇ, ਨਹੀਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਜਿਹੜਾ ਹੈਗਾ ਵੱਡੇ ਪੱਧਰ ਤੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰੇਗਾ ਔਰ ਸਰਕਾਰ ਤੋਂ ਇਸ ਗੱਲ ਦਾ ਹਿਸਾਬ ਮੰਗੇਗਾ। ਜਿਹੜੀਆਂ ਬਾਰ-ਬਾਰ ਮੌਤਾਂ ਹੋ ਰਹੀਆਂ ਔਰ ਬਾਰ-ਬਾਰ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ ਵੱਧ ਰਹੀ ਹੈ। ਬਹਿਰਾਲ ਪੀਟੀਸੀ ਨਿਊਜ਼ ਨੇ ਆਪਣਾ ਫਰਜ਼ ਨਿਭਾਉਂਦਿਆਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਰੰਗ ਲਿਆਈ ਹੈ, ਪਰ ਲੋੜ ਹੈ ਅਜਿਹੀ ਨੌਬਤ ਨਾ ਹੀ ਆਵੇ ਅਤੇ ਨਾ ਹੀ ਕਿਸੇ ਦੇ ਘਰ ਦਾ ਚਿਰਾਗ ਬੁਝੇ। ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਦੀ ਨਲਾਇਕੀ ਕਾਰਨ ਜਿਨ੍ਹਾਂ ਬੱਚਿਆਂ ਦੀ ਜਾਨ ਗਈ ਹੈ ਉਹਨਾਂ ਦੇ ਪਰਿਵਾਰ ਦੀ ਸਰਕਾਰ ਕਿਸ ਤਰ੍ਹਾਂ ਮਦਦ ਕਰਦੀ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੀੜਤਾਂ ਦੇ ਇਨਸਾਫ ਲਈ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਪੀਟੀਸੀ ਨਿਊਜ਼ ਲਈ ਰਾਜਪੁਰਾ ਤੋਂ ਗਗਨਦੀਪ ਅਹੂਜਾ।